ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸੋਸ਼ਲ ਮੀਡੀਆ ਦੇ ਉੱਪਰ ਸਾਰੀ ਸੁਰਤਿਆਂ ਦਾ। 23 ਪਾਸਪੋਰਟ ਸੀਲ ਹੋਈ ਸੀ, ਜਿਹਦੇ ਵਿੱਚ 11 ਪਾਸਪੋਰਟ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ, 4 ਉੱਪਰ ਵਰਕ ਪਰਮਿਟ ਦੇ, 8 ਪਾਸਪੋਰਟ ਵਿਜ਼ਟਰ ਵੀਜ਼ਾ ਦੇ ਨਾਲ ਸੰਬੰਧਿਤ ਨੇ। ਸੋ ਆਪਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਸਟੂਡੈਂਟ ਵੀਜ਼ਾ ਦੇ ਪਾਸਪੋਰਟ। ਪਹਿਲਾ ਪਾਸਪੋਰਟ ਹੈਗਾ ਜੀ ਵੀਰਪਾਲ ਕੌਰ, ਅਲਗੋਮਾ ਯੂਨੀਵਰਸਿਟੀ ਪੜ੍ਹਨ ਚੱਲੇ ਆ, ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਕੋਰਸ ਚੂਜ਼ ਕੀਤਾ ਸਤੰਬਰ ਦੇ ਵਿੱਚ, ਜਾ ਕੇ ਇਹਨਾਂ ਦੇ ਜਿਹੜੀ ਕਲਾਸ ਸਟਾਰਟ ਹੋ ਰਹੀ ਆ। 5 ਮਈ ਨੂੰ ਫਾਈਲ ਅਪਲਾਈ ਕੀਤੀ ਗਈ ਸੀ ਤੇ ਇਹਨਾਂ ਦੀ PPR ਜਿਹੜੀ ਸਾਨੂੰ 25 ਮਈ ਨੂੰ ਰਿਸੀਵ ਹੋ ਚੁੱਕੀ ਸੀ। ਭੁਪਿੰਦਰ ਕੌਰ 2027 ਤੱਕ ਦਾ ਵੀਜ਼ਾ ਲੱਗ ਗਿਆ ਆ। 16 ਮਈ 2023 ਨੂੰ ਇਹਨਾਂ ਦੀ PPR ਰਿਸੀਵ ਹੋਈ ਸੀਗੀ। ਇਹਨਾਂ ਦਾ ਕੇਸ 13 ਅਪ੍ਰੈਲ ਨੂੰ ਅਪਲਾਈ ਕੀਤਾ ਗਿਆ ਸੀਗਾ ਵੈਸਟਰਨ ਕਮਿਊਨਿਟੀ ਕਾਲਜ ਪੜ੍ਹਨ ਚੱਲੇ ਆ ਸਰੀ ਦੇ ਵਿੱਚ, ਜਿੱਥੇ ਇਹਨਾਂ ਨੇ ਬੈਚਲਰ ਆਫ ਹੋਸਪਿਟੈਲਿਟੀ ਦਾ ਕੋਰਸ ਚੂਜ਼ ਕੀਤਾ ਵਾ। ਨੈਕਸਟ ਹੈਗੀ ਲਵਪ੍ਰੀਤ, ਲਵਪ੍ਰੀਤ WCC ਹੀ ਪੜ੍ਹਨ ਚੱਲੇ ਆ, ਸੇਮ ਕੋਰਸ ਹੈ ਇਹਨਾਂ ਦੀ, ਬੈਚਲਰ ਆਫ ਹੋਸਪਿਟੈਲਿਟੀ ਮੈਨੇਜਮੈਂਟ ਦਾ ਡਿਗਰੀ ਲੈ ਕੇ ਚੱਲਦੀ ਇਹ ਬੱਚੇ। 3 ਮਈ ਨੂੰ ਇਹਨਾਂ ਦੀ ਜਿਹੜੀ ਫਾਈਲ ਅਪਲਾਈ ਕੀਤੀ ਗਈ ਸੀਗੀ ਤੇ ਅੱਜ ਇਹਨਾਂ ਦਾ ਵੀ ਪਾਸਪੋਰਟ ਸਰਟੀਫਿਕੇਟ ਪਹੁੰਚ ਚੁੱਕਿਆ ਵਾ। ਨੈਕਸਟ ਹੈਗੀ ਜੀ ਗੁਰਮੀਤ ਕੌਰ, ਗੁਰਮੀਤ ਕੌਰ ਸ਼ੈਟਨ ਕਾਲਜ ਬ੍ਰੈਂਟਨ ਪੜ੍ਹਨ ਚੱਲੇ, ਜਿੱਥੇ ਮੈਂ ਕੰਪਿਊਟਰ ਇੰਜੀਨੀਅਰਿੰਗ ਟੈਕਨੀਸ਼ੀਅਨ ਦਾ ਕੋਰਸ ਚੂਜ਼ ਕੀਤਾ। ਸਤੰਬਰ ਦੇ ਵਿੱਚ ਕਲਾਸਾਂ ਸਟਾਰਟ ਹੋ ਰਹੀਆਂ ਨੇ ਤੇ 29 ਅਪ੍ਰੈਲ 2023 ਨੂੰ ਇਹਨਾਂ ਦਾ ਜਿਹੜਾ ਕੇਸ ਅਪਲਾਈ ਕੀਤਾ ਗਿਆ ਸੀਗਾ। ਨੈਕਸਟ ਹੈਗੀ ਦਪਿੰਦਰ ਗ੍ਰੇਟ ਪਲੇਨਸ ਕਾਲਜ ਚੱਲੇ ਆ, ਜਿੱਥੇ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਦਾ 2 ਸਾਲਾ ਡਿਪਲੋਮਾ ਚੂਜ਼ ਕੀਤਾ ਐਂਡ ਸਤੰਬਰ 'ਚ ਕਲਾਸ ਸਟਾਰਟ ਹੋ ਰਹੀਆਂ ਨੇ। 28 ਅਪ੍ਰੈਲ 2023 ਨੂੰ ਕੇਸ ਅਪਲਾਈ ਕੀਤਾ ਗਿਆ ਸੀ, ਅੱਜ ਜਿਹੜਾ ਇਹਨਾਂ ਦਾ ਵੀਜ਼ਾ ਸਾਡੇ ਕੋਲ ਸਟੈਂਪ ਕੇ ਪਹੁੰਚ ਚੁੱਕਿਆ। ਨੈਕਸਟ ਹੈਗੀ ਜੀ ਸੁਰਜੀਤ ਸਿੰਘ ਯੂਰਕ ਯੂਨੀਵਰਸਿਟੀ ਪੜ੍ਹਨ ਚੱਲੇ ਆ, ਜਿੱਥੇ ਇਹਨਾਂ ਨੇ BBA ਦਾ ਕੋਰਸ ਚੂਜ਼ ਕੀਤਾ। ਜੁਲਾਈ ਦੀ ਇਨਟੇਕ ਹੈ ਜੀ 2023 ਦਾ, 4 ਮਈ ਨੂੰ ਫਾਈਲ ਅਪਲਾਈ ਕੀਤੀ ਗਈ ਸੀ ਤੇ ਅੱਜ ਇਹਨਾਂ ਦਾ ਵੀ ਜਿਹੜਾ ਪਾਸਪੋਰਟ ਸਟੈਂਪ ਹੋ ਕੇ ਪਹੁੰਚ ਚੁੱਕਿਆ ਵਾ। ਨੈਕਸਟ ਹੈਗੇ ਗਗਨਦੀਪ ਸਿੰਘ, ਗਗਨਦੀਪ ਅਲੈਗਜ਼ੈਂਡਰ ਕਾਲਜ ਪੜ੍ਹਨ ਚੱਲੇ ਆ, ਸਤੰਬਰ 2023 ਦਾ ਇਨਟੇਕ ਹੈ ਇਹਨਾਂ ਦਾ, SR ਸਾਇੰਸ ਦਾ ਕੋਰਸ ਚੂਜ਼ ਕੀਤਾ। 3 ਮਈ ਨੂੰ ਫਾਈਲ ਅਪਲਾਈ ਕੀਤੀ ਗਈ ਸੀ ਤੇ ਅੱਜ ਇਹਨਾਂ ਦਾ ਜਿਹੜਾ ਪਾਸਪੋਰਟ ਸਟੈਂਪ ਹੋ ਕੇ ਪਹੁੰਚ ਚੁੱਕਿਆ ਵਾ। ਨੈਕਸਟ ਹੈਗੇ ਜੀ ਮਨਜੋਤ ਕੌਰ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਪੜ੍ਹਨ ਚੱਲਿਆ, ਜਿੱਥੇ ਇਹਨਾਂ ਨੇ MBA ਦਾ ਪ੍ਰੋਗਰਾਮ ਚੂਜ਼ ਕੀਤਾ। ਜੁਲਾਈ 2023 ਦੇ ਵਿੱਚ ਜਾ ਕੇ ਇਹਨਾਂ ਦੀ ਕਲਾਸ ਸਟਾਰਟ ਹੋ ਰਹੀ ਆ। 24 ਅਪ੍ਰੈਲ 2023 ਨੂੰ ਫਾਈਲ ਅਪਲਾਈ ਕੀਤੀ ਗਈ ਸੀ, 1 ਮਹੀਨੇ ਦੇ ਵਿੱਚ ਹੀ ਇਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਵਾ। ਰਾਜਵਿੰਦਰ ਕੌਰ ਨੇ ਨੈਕਸਟ, ਜਿਹਨਾਂ ਦਾ 2025 ਤੱਕ ਦਾ ਵੀਜ਼ਾ ਸਟੈਂਪ ਹੋ ਕੇ ਆਇਆ ਵਾ, ਕਿਦਮ ਕਾਲਜ ਪੜ੍ਹਨ ਚੱਲੇ ਆ, ਆਰਟਸ ਦਾ ਕੋਰਸ ਆ, 15 ਅਪ੍ਰੈਲ ਨੂੰ ਫਾਈਲ ਅਪਲਾਈ ਕੀਤੀ ਗਈ ਸੀ, ਸਤੰਬਰ 'ਚ ਜਾ ਕੇ ਇਹਨਾਂ ਦੀਆਂ ਕਲਾਸਾਂ ਸਟਾਰਟ ਹੋ ਰਹੀਆਂ ਨੇ। ਤੇ ਲਾਸਟ ਹੈਗੇ ਜੀ ਰਾਜਦੀਪ ਸਿੰਘ, ਅਲੈਗਜ਼ੈਂਡਰ ਕਾਲਜ ਆਰਟਸ ਦਾ ਕੋਰਸ ਆ, ਇਹਨਾਂ ਦਾ ਸਤੰਬਰ ਦੇ ਵਿੱਚ ਜਿਹੜਾ ਜਾ ਕੇ ਸਟਾਰਟ ਹੋ ਰਿਹਾ ਵਾ। 5 ਮਈ ਨੂੰ ਫਾਈਲ ਅਪਲਾਈ ਕੀਤੀ ਗਈ ਸੀ, PPR 20 ਮਈ ਨੂੰ ਇਹਨਾਂ ਜਿਹੜੀ ਸਾਨੂੰ ਰਿਸੀਵ ਹੋ ਗਈ ਸੀਗੀ, ਅੱਜ ਇਹਨਾਂ ਦਾ ਪਾਸਪੋਰਟ ਵੀ ਸਟੈਂਪ ਕੇ ਪਹੁੰਚ ਚੁੱਕਿਆ ਵਾ। ਸੋ ਇਹ ਸਾਰੇ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਪਾਸਪੋਰਟ ਸੀਗੇ। ਨੈਕਸਟ ਪਾਸਪੋਰਟ ਹੈਗੇ ਆ ਜੀ ਆਪਣੇ ਓਪਨ ਵਰਕ ਪਰਮਿਟ ਦੇ, 4 ਪਾਸਪੋਰਟ ਸਾਡੇ ਕੋਲ ਓਪਨ ਦੇ ਅੱਜ ਰਿਸੀਵ ਹੋਏ ਆ, ਜਿਹਨਾਂ ਦੇ ਸਭ ਤੋਂ ਪਹਿਲਾ ਪਾਸਪੋਰਟ ਹੈਗਾ ਅਮਨਦੀਪ ਦਾ 2024 ਤੱਕ ਦਾ ਵੀਜ਼ਾ ਲੱਗ ਕੇ ਆਇਆ ਵਾ, ਜਿਹਦੇ ਵਿੱਚ ਇਹਨਾਂ ਨੇ ਆਪਣੀ ਫਾਈਲ ਅਪਲਾਈ ਕੀਤੀ ਸੀਗੀ 4 ਮਾਰਚ 2023 ਨੂੰ, ਪਹਿਲਾਂ ਰਿਫਿਊਜ਼ ਹੋ ਚੁੱਕੇ ਸੀਗੇ ਤੇ ਅੱਜ ਜਿਹੜਾ ਇਹਨਾਂ ਦਾ ਪਾਸਪੋਰਟ ਸਟੈਂਪ ਤੇ ਪਹੁੰਚ ਚੁੱਕਿਆ ਨਾ। ਅੱਜ ਦੇ ਸਾਰੇ 4 ਦੇ 4 ਪਾਸਪੋਰਟ ਪਹਿਲਾਂ ਜਿਹੜੇ ਅਪਰੂਵ ਹੋ ਕੇ ਆਏ ਆ, ਇਹ ਸਾਰੇ ਹੀ ਪਹਿਲਾਂ ਬਾਹਰੋਂ ਰਿਫਿਊਜ਼ ਲੱਗ ਚੁੱਕੀਆਂ ਸੀ, ਜਿਹਦੇ ਤੋਂ ਬਾਅਦ ਇਹਨਾਂ ਦੇ ਜਿਹੜੇ ਵੀਜ਼ਾ ਅਪਰੂਵ ਹੋ ਕੇ ਆਏ ਆ। ਨੈਕਸਟ ਹੈਗਾ ਜੀ ਹਰਜਸ਼ਨ ਦਾ 23 ਮਾਰਚ 2023 ਨੂੰ ਫਾਈਲ ਅਪਲਾਈ ਕੀਤੀ ਗਈ ਸੀ ਤੇ 24 ਮਈ ਨੂੰ ਇਹਨਾਂ ਦੀ PPR ਸੇਵ ਹੋ ਗਈ ਸੀਗੀ। ਆਲਮੋਸਟ 1 ਮਹੀਨੇ ਦੇ ਸਮੇਂ ਦੇ ਵਿੱਚ ਇਹਨਾਂ ਦਾ ਉੱਪਰ ਵਰਕ ਪਰਮਿਟ ਦਾ ਕੇਸ ਜਿਹੜਾ ਅਪਰੂਵ ਹੋ ਗਿਆ। ਨੈਕਸਟ ਹੈਗੀ ਦਿਲਪ੍ਰੀਤ ਦਾ 2025 ਤੱਕ ਦਾ ਵੀਜ਼ਾ ਲੱਗ ਕੇ ਆਇਆ ਵਾ, ਜਿਹਦੇ ਵਿੱਚ ਇਹਨਾਂ ਨੇ 22 ਮਾਰਚ 2023 ਨੂੰ ਆਪਣੀ ਫਾਈਲ ਅਪਲਾਈ ਕੀਤੀ ਗਈ ਸੀਗੀ ਤੇ 24 ਮਈ ਨੂੰ ਇਹਨਾਂ ਦੀ ਜਿਹੜੀ PPR ਸੇਵ ਹੋ ਗਈ ਸੀਗੀ। ਲਾਸਟ ਹੈਗਾ ਜੀ ਜਸਕਰਨ ਸਿੰਘ ਦਾ ਕੇਸ ਜਿਹੜਾ ਹੈਗਾ 23 ਮਾਰਚ ਨੂੰ ਅਪਲਾਈ ਕੀਤਾ ਜਾਂਦਾ ਤੇ 24 ਮਈ ਨੂੰ ਇਹਨਾਂ ਦੀ PPR ਸੇਵ ਹੋ ਗਈ ਸੀਗੀ। 2025 ਤੱਕ ਦਾ ਵੀਜ਼ਾ ਲੱਗ ਕੇ ਇਹਨਾਂ ਦਾ ਵੀ। ਸੋ ਇਹ ਸਾਰੇ ਦੇ ਸਾਰੇ ਪਾਸਪੋਰਟ ਜਿਹੜੇ 4 ਸੀਗੇ ਇਹ ਉੱਪਰ ਵਰਕ ਪਰਮਿਟ ਸੰਬੰਧ ਸੀਗੇ, ਜਿਹੜੇ ਆਪਣੇ ਸਪਾਊਸ ਨੂੰ ਕੈਨੇਡਾ ਜਾ ਕੇ ਜੁਆਇਨ ਕਰਨਗੇ। ਨੈਕਸਟ ਪਾਸਪੋਰਟ ਹੈਗਾ ਜੀ ਵਿਜ਼ਟਰ ਵੀਜ਼ਾ ਦਾ ਸੰਬੰਧ, ਵਿਜ਼ਟਰ ਵੀਜ਼ਾ ਦੇ ਸਾਰੇ ਕੇਸਸ ਹੀ ਮਈ ਦੇ ਵਿੱਚ ਅਪਲਾਈ ਕੀਤੇ ਗਏ ਸੀ, ਜਿਨ੍ਹਾਂ ਦੇ ਵਿੱਚ ਜੂਨ ਦੇ ਵਿੱਚ ਜਾ ਕੇ ਇਹਨਾਂ ਦੀਆਂ ਸਾਨੂੰ PPR ਸੇਵ ਹੋ ਗਈਆਂ ਨੇ ਤੇ ਅੱਜ ਇਹਨਾਂ ਦੇ ਪਾਸਪੋਰਟ ਵੀ ਸਾਡੇ ਕੋਲ ਪਹੁੰਚ ਚੁੱਕੇ ਆ। ਅਮਨਦੀਪ ਕੌਰ 2032 ਤੱਕ ਦਾ ਇਹਨਾਂ ਦਾ ਪਾਸਪੋਰਟ ਸਟੈਂਪ ਹੋ ਗਿਆ, ਜਿੰਨੇ ਟਾਈਮ ਦਾ ਇਹਨਾਂ ਦਾ ਵੀਜ਼ਾ ਸੀਗਾ। ਨੈਕਸਟ ਹੈਗੇ ਆ ਜੀ ਇਕਬਾਲ ਸਿੰਘ ਦਾ 2028 ਤੱਕ ਦਾ ਮਈ ਤੱਕ ਦਾ ਵੀਜ਼ਾ ਸਟੈਂਪ ਹੋ ਗਿਆ ਇਹਨਾਂ ਦਾ। ਦਵਿੰਦਰ ਸਿੰਘ ਨੇ 2029 ਤੱਕ ਦਾ ਇਹਨਾਂ ਦਾ ਜਿਹੜਾ ਪਾਸਪੋਰਟ ਸਟੈਂਪ ਹੋ ਕੇ ਪਹੁੰਚਿਆ ਵਾ ਸਾਡੇ ਕੋਲ। ਰਾਜਦੀਪ ਕੌਰ 2031 ਤੱਕ ਦਾ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ ਜੀ, ਤੁਸੀਂ ਦੇਖ ਸਕਦੇ ਹੋ। ਨੈਕਸਟ ਹੈਗੀ ਜੀ ਰਣਵਿੰਦਰ ਕੌਰ 2032 ਦੇ ਅਗਸਤ ਮੰਥ ਤੱਕ ਦਾ ਇਹਨਾਂ ਦਾ ਵੀਜ਼ਾ ਜਿਹੜਾ ਸਟੈਂਪ ਹੋ ਕੇ ਪਹੁੰਚਿਆ ਸਾਡੇ ਕੋਲ।
ਗੁਰਕਮਲਪ੍ਰੀਤ 2032 ਦੇ ਅਗਸਤ ਮੰਥ ਤੱਕ ਦੇ ਇਹਨਾਂ ਦਾ ਵੀਜ਼ਾ ਲੱਗ ਰਿਹਾ ਜੀ। ਨੈਕਸਟ ਹੈਗਾ ਜੀ ਪ੍ਰਕਾਸ਼ ਕੌਰ 2031 ਦੇ ਅਗਸਤ ਮੰਥ ਤੱਕ ਦਾ ਇਹਨਾਂ ਦਾ ਵਿਜ਼ਟਰ ਵੀਜ਼ਾ ਅਪਰੂਵ ਹੋ ਗਿਆ, ਮਲਟੀਪਲ ਐਂਟਰੀ ਹੈ, ਸਾਰੇ ਵੀਜ਼ਾ ਜਿੰਨੇ ਵੀ ਅਪਰੂਵ ਹੋਏ ਆ। ਲਾਸਟ ਹੈਗਾ ਜੀ ਮੋਹਰ ਸਿੰਘ 2031 ਦੇ ਅਗਸਤ ਮੰਥ ਤੱਕ ਦਾ ਇਹਨਾਂ ਦਾ ਵੀ ਵੀਜ਼ਾ ਜਿਹੜਾ ਅਪਰੂਵ ਹੋ ਕੇ ਪਹੁੰਚਿਆ। ਇਹ 8 ਪਾਸਪੋਰਟ ਜਿਹੜੇ ਵਿਜ਼ਟਰ ਵੀਜ਼ਾ ਨਾਲ ਸੰਬੰਧ ਸੀਗੇ ਜਿਹੜੇ ਆਪਣੇ ਬੱਚਿਆਂ ਨੂੰ ਉੱਥੇ ਜਾ ਕੇ ਜੁਆਇਨ ਕਰਨਗੇ, ਜਿਹੜੇ ਬੱਚੇ ਆਲਰੇਡੀ ਸਟੂਡੈਂਟ ਵੀਜ਼ਾ ਜਾਂ ਓਪਨ ਵਰਕ ਪਰਮਿਟ ਦੇ ਉੱਪਰ ਜਾਂ ਤੇ ਪੀਆਰ ਨੇ ਆਲਰੇਡੀ ਉਹਨਾਂ ਬੱਚਿਆਂ ਨੂੰ ਜਾ ਕੇ ਜੁਆਇਨ ਕਰਨਗੇ। ਸੋ ਜੇ ਤੁਸੀਂ ਵੀ ਕੋਈ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਜਾਂ ਓਪਨ ਵਰਕ ਪਰਮਿਟ ਕੈਟਾਗਰੀ ਨਾਲ ਸੰਬੰਧਿਤ ਨਹੀਂ, ਤਾਂ ਤੁਸੀਂ ਸਾਡੇ ਕਿਸੇ ਵੀ ਜਿਹੜੇ ਪੰਜਾਬ 'ਚ ਆਫਿਸ ਨੇ ਮਹਿਕਮਪੁਰ ਦੇ ਨਾਮ 'ਤੇ ਉਹਨਾਂ ਦੇ ਵਿੱਚ ਵਿਜ਼ਿਟ ਕਰਕੇ ਆਪਣਾ ਕੇਸ ਪ੍ਰੋਸੈਸ ਕਰ ਸਕਦੇ ਹੋ। ਜੇ ਤੁਸੀਂ ਕੋਈ ਕੈਨੇਡਾ ਦੇ ਵਿੱਚ ਇਨਸਾਈਡ ਕੈਨੇਡਾ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਜਾਂ ਆਪਣਾ ਕੋਈ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਬ੍ਰੈਂਟਨ ਦੇ ਵਿੱਚ ਆਪਣਾ ਆਫਿਸ ਜਿਹੜੀ ਇਮੀਗ੍ਰੇਸ਼ਨ ਲਿਮਿਟਡ ਦੇ ਨਾਮ 'ਤੇ, ਤਾਂ ਤੁਸੀਂ ਉੱਥੇ ਕੰਸਲਟ ਕਰਕੇ ਆਪਣਾ ਕੇਸ ਪ੍ਰੋਸੈਸ ਕਰ ਸਕਦੇ ਹੋ। ਧੰਨਵਾਦ।